तेरी आस ते चुकिया कदम पहला तेरे नां नूं शर्मा सारिया ने तेरी मुश्किल कुशाई ते नाज करके बिना परां तो मारियां उडारियां ने दुद्दा बाज नहीं पकदी खीर मित्रो असा कीतियां कोशिशां सारियां ने ते जिन्हां ने मापियां नूं कंड कीती उन्हां जित के बाजियां हारियां ने उन्हां जित के बाजियां हारियां ने। अस्सलामु अलैकुम मेरे सज्जनों मित्रो दिलियो मैं तुहाडा वीर तुहाडा मित्र वजीर अली तां तुसीं वेख रहे जे जनाब नफा टीवी HD। अज दी वीडियो बड़ी खास है ते जनाब अज दे शिकारी भी बड़े खास ने जिन्हां दा इंटरव्यू लिया चौधरी इस्माइल उर्फ चाचा इस्माइल उन्हां दा इंटरव्यू पाकिस्तान दे टॉप क्लास दे जनाब ब्रीडर ने बुली डॉग्स दे ते उन्हां दी शानदार गल्लां ते उन्हां दे ब्यूटीफुल डॉग उन्हां दे डॉग बड़े शानदार ने। तुसीं अज दी वीडियो वेखोगे तो बड़ा ही मज़ा आएगा, वीडियो स्किप नहीं करनी, बड़िया कम दियां गल्लां ने ते फिर बड़े कमाल दे डॉग ने। और तुहानूं दिखाईए जनाब सब तो पहले चाचा इस्माइल दियां इंटरव्यू तो उस तो बाद उन्हां दे ब्यूटीफुल शानदार डॉग साढ़े नाल रहना। अस्सलामु अलैकुम जनाब मोहतरम। वालेकुम अस्सलाम जनाब, कैसे मिजाज ने? ठीक है जनाब, असी तुहाडे बड़े शुक्रगुजार हाँ कि तुसी सानू अपने कीमती टाइम चो टाइम दिता जनाब, क्योंकि तुसी पाकिस्तान के मायनाज मशहूर मारूफ शिकारी जे जिन्हां ने पाकिस्तान की ब्रीड नू जनाब बड़ा सपोर्ट किया। तो जनाब सब तो पहले तुहाडे जबानी असी तुहाडा नाम सुनना चाहते हैं। मुहम्मद इस्माइल चाचा इस्माइल। हाँ जी। मुहम्मद चौधरी मुहम्मद इस्माइल उर्फ चाचा इस्माइल। हाँ जनाब, थोड़ी उम्र कितनी हो गई? मेरी उम्र हो गई 70 साल। 70 साल माशाल्लाह। ते तुहानू शौक किस उम्र च लग्या सी? मैं तीसरी जमात पढ़दा सी। तकरीबन उम्र कितनी सी उदो? उम्र 10-11 साल नहीं होणा, 10-11 साल हो गया। 10-11 साल उम्र सी। जनाब मोहतरम अपना ग्रुप की, ग्रुप का की नाम? पाक इत्तफाक ग्रुप। ते तुहाडा ओहदा की है? ਮੇਰਾ ਉਹਦਾ ਕੋਈ ਨਹੀਂ ਜੀ, ਮੈਂ ਤੇ ਵਰਕਰ ਹਾਂ ਜੀ। ਨਹੀਂ ਮੈਂ ਵਰਕਰ ਹਾਂ ਜੀ। ਵੱਡੀ ਗੱਲ ਜੀ, ਵੱਡੀ ਗੱਲ ਹੈ। ਨਹੀਂ ਜੀ ਮੈਂ ਇੱਕ ਵਰਕਰ ਹਾਂ ਜੀ। ਸਰਪ੍ਰਸਤ ਆਲਾ ਜਾਂ ਬਾਨੀਏ ਗਰੁੱਪ? ਬਾਨੀਏ ਗਰੁੱਪ ਜਨਾਬ, ਪਾਕ ਇਤਫਾਕ ਗਰੁੱਪ। ਤੇ ਕੀ ਬਾਤ ਹੈ। ਅੱਛਾ ਜਨਾਬ ਮੋਹਤਰਮ, ਤੁਹਾਡੇ ਕੋਲ ਜਿਹੜੀ ਬਰੀਡ ਚੱਲ ਰਹੀ ਹੈ, ਉਹ ਕਿਹੜੇ ਕੁੱਤਿਆਂ ਦੇ ਵਿੱਚੋਂ ਹੈ? ਇਹ ਬੜੀ ਪੁਰਾਣੀ ਬਰੀਡ, ਹੁਣ ਤੇ ਤੁਸੀਂ ਆਪ ਬਣਾਈ ਹੈ? ਹਾਂਜੀ, ਇਹ ਬਹੁਤ ਪੁਰਾਣੀ ਬਰੀਡ ਆ ਜੀ, ਪਿੱਛੋਂ ਕਹਾਣੀ ਛੇੜੀਏ ਤੇ ਮੁਕਣੀ ਨਹੀਂ। ਹਾਂਜੀ ਮਾਸ਼ਾਅੱਲਾ। ਤੇ ਹੁਣ ਜਿਹੜੀ ਹੈ ਇਸ ਟਾਈਮ ਆਪਣੇ ਕੁੱਤਿਆਂ ਦੀ ਬਰੀਡ ਆ ਜਾਂ? ਨਹੀਂ ਜੀ, ਆਪਣੇ ਕੁੱਤਿਆਂ। ਮਾਸ਼ਾਅੱਲਾ। ਤੇ ਆਪਣੇ ਜਿਹੜੇ ਜਿਹੜੇ ਤੁਹਾਡੇ ਪਿਆਰੇ ਦੋਸਤ ਨੇ, ਮੈਂਬਰ ਨੇ, ਜਿਨ੍ਹਾਂ ਨਾਲ ਤੁਸੀਂ ਬਹੁਤ ਪਿਆਰ ਕਰਦੇ ਜੇ, ਜਿਵੇਂ ਕਿ ਜਨਾਬ ਮਲਿਕ ਇਯਾਸ ਹੁਸੈਨ ਖੋਖਰ ਸਾਹਿਬ, ਜਿਵੇਂ ਨੇ ਰਾਣਾ ਸ਼ਕੀਲ ਸਾਹਿਬ, ਮਾਸ਼ਾਅੱਲਾ ਤਮੂਰ ਸਾਹਿਬ ਹੋ ਗਏ ਜੀ, ਬਿਲਕੁਲ ਸਾਹਿਬ, ਸਿਕੰਦਰ ਸਾਹਿਬ ਹੋ ਗਏ, ਮਾਸ਼ਾਅੱਲਾ ਜ਼ੇਬ ਚਿਸ਼ਤੀ ਸਾਹਿਬ ਹੋ ਗਏ, ਮਾਸ਼ਾਅੱਲਾ। ਚੌਧਰੀ ਸਾਹਿਬ ਜੀ, ਤੁਸੀਂ ਬੜੇ ਪੁਰਾਣੇ ਸ਼ਿਕਾਰੀ ਜੇ, ਅਤੇ ਪੁਰਾਣੇ ਕੁੱਤਿਆਂ ਦੇ ਵਿੱਚੋਂ ਕੋਈ ਮਸ਼ਹੂਰ ਕੁੱਤੇ ਜਿਹੜੇ ਤੁਹਾਨੂੰ ਬੜੇ ਪਸੰਦ ਆਏ ਹੋਣ? ਕਾਲਾ ਰੰਗੜਾ ਵਾਲਾ ਜੀ। ਕਾਲਾ ਰੰਗੜਾ ਵਾਲਾ ਸਭ ਤੋਂ ਪਸੰਦ ਕੁੱਤਾ ਮੈਨੂੰ ਹੋ ਸਕਦਾ ਜੀ, ਕਿਆ ਉਹਦੇ ਬੱਚੇ ਮੇਰੇ ਕੋਲ ਲੜੇ ਆ ਜੀ। ਅੱਛਾ, ਉਹਦੀ ਬਰੀਡ ਤੁਹਾਡੇ ਕੋਲ, ਉਹਦੀ ਨਸਲ ਤੁਹਾਡੇ ਕੋਲ? ਹਜੇ ਵੀ ਉਹੀ ਬਰੀਡ ਆਉਂਦੀ ਪਈ ਹੈ ਵਿੱਚ। ਮਾਸ਼ਾਅੱਲਾ। ਇਸ ਤੋਂ ਇਲਾਵਾ ਕੋਈ ਹੋਰ? ਮੈਨੂੰ ਉਸ ਤੋਂ ਇਲਾਵਾ ਚੰਗਾ ਹੀ ਕੁੱਤਾ ਨਹੀਂ ਲੱਗਿਆ। ਹਾਂ ਹਾਂ, ਕਿਆ ਬਾਤ ਹੈ। ਹਾਂਜੀ। ਅਤੇ ਆਪਣੇ ਕੋਈ ਮਸ਼ਹੂਰ ਕੁੱਤੇ ਜਿਹੜੇ ਹੋਏ? ਕਾਲਾ ਕੁੱਤਾ ਸੀ, ਉਹਦਾ ਪੁੱਤਰ ਸੀ ਐਂਗਰੀ ਡੌਗ। ਮਾਸ਼ਾਅੱਲਾ। ਰਾਏ ਜ਼ਿਆਉਲਾ ਕੋਲ ਸੀ ਉਹਦਾ ਸੱਕਾ ਭਰਾ ਹਲਾਕੂ। ਹਲਾਕੂ ਸੱਕਾ, ਉਹਦਾ ਭਰਾ ਹਲਾਕੂ ਦਾ ਭਰਾ ਤੁਹਾਡੇ ਕੋਲ ਸੀ? ਹਾਂਜੀ, ਕੁੱਤੀ ਮੇਰੇ ਕੋਲ ਸੀ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਇੱਕ ਮਗਸੀਆਂ ਨੂੰ ਦਿੱਤਾ ਸੀ, ਮਗਸੀਆਂ ਕੋਲ ਜਗਰ ਤੇ ਰੰਗ। ਹਾਂਜੀ। ਜਿਹੜੇ ਕਿ ਆਪ ਦੀ ਮੌਤ ਆਮ ਭਰੇ ਹੈ, ਹਰੇ ਨਹੀਂ। ਹਾਂਜੀ, ਯਾਨੀ ਕਿ ਮੈਦਾਨ ਚ ਮਰੇ ਨੇ, ਕੋਰੇ ਮਰੇ ਜਿੰਨੇ ਵੀ ਕੁੱਤੇ ਆਏ ਸੀ? ਹਾਂਜੀ। ਕੀ ਬਾਤ ਹੈ ਜੀ। ਹੁਣ ਵੀ ਜਿਹੜੀ ਸਾਡੇ ਕੋਲ ਬਰੀਡ ਆ, ਹਾਂਜੀ, ਸਾਨੂੰ ਇੰਨਾ ਪਤਾ ਹੁੰਦਾ ਪੇੜ ਚ ਡਿੱਗ ਕੇ ਮਰ ਸਕਦੀ ਹੈ। ਮਾਸ਼ਾਅੱਲਾ। ਬੋਲਣਾ, ਤੁਰਨਾ, ਭੱਜਣਾ ਉਹ ਇਹਨਾਂ ਵਿੱਚ ਕੋਈ ਨਹੀਂ ਹੈ। ਬਿਲਕੁਲ ਸਹੀ ਨਹੀਂ ਜੀ ਤੁਹਾਡਾ। ਬੜੀ ਦੁਨੀਆ ਨੇ ਮੈਨੂੰ ਕਿਹਾ ਕਿ ਤੁਸੀਂ ਉਹਨਾਂ ਦੇ, ਮੈਨੂੰ ਪਤਾ ਨਹੀਂ ਸੀ, ਇਹ ਤਾਂ ਮੈਨੂੰ ਪਤਾ ਸੀ ਰਜਾਣੇ ਦੇ ਵਿੱਚ ਜਨਾਬ। ਅਤੇ ਨਾਲੇ ਮੈਂ ਤਾਂ ਉਹਦੇ ਫੈਸਲੇ 'ਤੇ ਜਦੋਂ ਮਿਲਾਉਂਦਾ ਫਿਰ ਜਦੋਂ ਮੁਲਾਕਾਤ ਕਰਵਾਉਂਦਾ, ਅਤੇ ਅੱਜ ਮੁਲਾਕਾਤ ਦਾ ਟਾਈਮ ਹੋ ਗਿਆ ਅਲੱਗ। ਅਤੇ ਅੱਛਾ, ਉਸ ਵਕਤ ਦੇ ਸ਼ਿਕਾਰੀ ਜਿਹੜੇ ਸੀ, ਅੱਜ ਦੇ ਸ਼ਿਕਾਰੀਆਂ ਤਾਂ ਉਹਨਾਂ ਸ਼ਿਕਾਰੀਆਂ 'ਚ ਕੀ ਫਰਕ? ਬਹੁਤ ਫਰਕ ਹੋਇਆ ਜੀ। ਉਦੋਂ
ਇਨਸਾਨੀਅਤ ਸੀ ਜੀ, ਸ਼ੌਕ ਨੂੰ ਸ਼ੌਕ ਕਰਕੇ ਬੰਦੇ ਬਣਾਉਂਦੇ ਸੀ ਜੀ। ਹੁਣ ਫੇਸਬੁੱਕਾਂ ਦਾ ਸ਼ੌਕ ਆ ਜਿਹਦੇ ਕੋਲ ਬਿੱਲੀ ਦਾ ਕੰਨ ਵੀ ਨਹੀਂ ਹੁੰਦਾ, ਹਾਂਜੀ, ਉਹ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਿਕਾਰੀ ਬਣਿਆ ਹੋਇਆ, ਕੋਈ ਸ਼ੱਕ ਨਹੀਂ, ਬਿਲਕੁਲ ਐਵੇਂ ਹੀ ਹੈ। ਹਾਂਜੀ, ਕੁੱਤਿਆਂ ਦਾ ਪਤਾ ਨਹੀਂ ਹੁੰਦਾ ਤੇ ਕੁਲੀਏ ਲੋਕਾਂ ਨੂੰ ਦੱਸਣਗੇ, ਤਿਆਰੀਆਂ ਦੱਸਣਗੇ ਵੀ ਇੰਜ ਨਹੀਂ ਇੰਜ ਕਰੋ, ਇੰਜ ਨਹੀਂ ਇੰਜ ਕਰੋ। ਜਿਹਨੇ ਕਦੇ ਆਪਦੇ ਪਿਓ ਦੇ ਅੱਗੇ ਵੀ ਰੋਟੀ ਰੱਖੀ ਹੁੰਦੀ ਤੇ ਉਹ ਕੁਲੀਏ ਦਾ, ਬੜੀ ਵੱਡੀ ਗੱਲ, ਸਹੀ ਗੱਲ। ਅੱਛਾ, ਉਸ ਵਕਤ ਤੇ ਅੱਜ ਦੀ ਗਿਜ਼ਾਵਾਂ 'ਚ ਕੀ ਫਰਕ ਹੈ, ਤਿਆਰੀਆਂ 'ਚ ਕੀ ਫਰਕ ਹੈ? ਗਿਜ਼ਾਵਾਂ 'ਚ ਬਹੁਤ ਫਰਕ ਹੈ ਜੀ, ਹੁਣ ਉਹ ਕੁੱਤੇ ਹੀ ਹੈ ਨਹੀਂ। ਬਿਲਕੁਲ ਸਹੀ, ਜਿਹੜੇ ਅੱਗੇ ਕੁੱਤੇ ਸੀ ਨਾ, ਹਾਂਜੀ, ਉਹ ਕੁੱਤੇ ਹੁਣ ਹੈ ਨਹੀਂ ਗੇ। ਲੋਕਾਂ ਨੇ ਨਵੀਆਂ ਨਵੀਆਂ ਬਰੀਡਾਂ ਵਿੱਚ ਪਾ ਕੇ ਨਾ ਨਸਲਾਂ ਖਰਾਬ ਕਰ ਛੱਡੀਆਂ, ਫਰਕ ਖੂਬਸੂਰਤ ਬਣਾਉਣ ਲਈ, ਵੇਚਣ ਲਈ ਵਪਾਰੀਆਂ ਨੇ ਗ੍ਰੇਡਨ ਕ੍ਰਾਸ ਕਰਾ ਕੇ, ਹਾਂਜੀ, ਵੱਡੇ ਦੇ ਲੰਮੇ ਬਣਾ ਲਿਆ ਕੁੱਤੇ, ਲੇਕਿਨ ਨਸਲਾਂ ਨਹੀਂ ਰਹੀਆਂ, ਨਸਲਾਂ ਨਹੀਂ ਰਹੀਆਂ। ਹਾਂਜੀ, ਆਪਣੇ ਕੋਲ ਤਾਂ ਪਿਓਰ ਉਹੀ ਆ ਰਿਹਾ ਜੀ, ਅਸੀਂ ਨਹੀਂ ਜੀ, ਨਾ ਅਸੀਂ ਵੱਡਿਆਂ ਨਾਲ ਜਾਂਦੇ ਹਾਂ, ਨਾ ਅਸੀਂ ਗ੍ਰੇਡਨ ਨਾਲ ਜਾਂਦੇ ਹਾਂ, ਆਪਦੇ ਘਰ ਦੇ ਕੁੱਤੇ ਕ੍ਰਾਸ ਕਰਾਉਣੇ, ਆਪਦੇ ਗਰੁੱਪ ਦੇ ਕਰਾਉਣੇ। ਸਹੀ, ਯਾਨੀ ਕਿ ਅੱਜ ਵੀ ਤੁਹਾਡੇ ਕੋਲ ਅਸਲੀ ਨਸਲ ਜਿਹੜੀ ਬੋਲੀ ਦੀ ਉਹ ਹੈ, ਇਨਸ਼ਾਅੱਲਾ ਤਾਲਾ। ਕਿਆ ਬਾਤ, ਯਾਨੀ ਕਿ ਵੱਡੇ ਨਹੀਂ ਲੇਕਿਨ ਹੈ ਚੰਗੇ ਨੇ, ਵੱਡੇ ਵੀ ਹੈਗੇ ਹੁਣ ਸਾਡੇ ਕੋਲ, ਮਾਸ਼ਾਅੱਲਾ, ਵੱਡਿਆਂ ਤੇ ਇਤਮਾਦ ਨਹੀਂ ਹੈਗਾ। ਨਹੀਂ ਜੀ, ਇੱਕ ਦੋਸਤ ਸਾਡੇ ਸੀ ਮੀਆਂ ਅਖਤਰ ਰਾਂਧੂ ਸਾਹਿਬ, ਉਹਨਾਂ ਕੋਲ ਕਿਸੇ ਇੱਕ ਬੰਦੇ ਨੇ ਕਿਹਾ ਕਿ ਮੀਆਂ ਸਾਹਿਬ ਮੇਰਾ ਕੁੱਤਾ 32 ਇੰਚ ਹੋ ਗਿਆ, ਤਾਂ ਉਹਨਾਂ ਨੇ ਕਿਹਾ ਚੰਗਿਆਂ 'ਚੋਂ ਨਿਕਲ ਗਿਆ। ਸਹੀ ਹੈ। ਅਤੇ ਅੱਛਾ ਸਰ, ਗਿਜ਼ਾਵਾਂ 'ਚ ਤਾਂ ਫਰਕ ਹੋ ਗਿਆ, ਅਕਸਰ ਨਹੀਂ ਦੱਸਦੇ ਲੋਕ ਖੁਰਾਕ ਦੇ ਬਾਰੇ ਕਿ ਅਸੀਂ ਕੀ ਦੇ ਰਹੇ ਹਾਂ। ਜੇ ਖੁਰਾਕਾਂ ਦੱਸੀਏ ਨਾ, ਪਾਬੰਦੀ ਹਕੂਮਤ ਪੱਕੀ ਲਾ ਦੇਵੇ ਫਿਰ। ਅੱਛਾ, ਆ ਜਾ ਤਾਂ ਵੀ ਨਾ ਮਿਲ, ਸਹੀ ਗੱਲ, ਛੋਟਾ ਜਿਹਾ ਇੱਕ ਹੋਰ ਸਵਾਲ, ਤੁਹਾਨੂੰ 70 ਸਾਲ ਹੋ ਗਏ ਸ਼ੌਕ ਦੇ ਵਿੱਚ, ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਜਿਹੜਾ ਸਾਡੇ ਤੇ ਇਲਜ਼ਾਮ ਹੈ ਜੂਏ ਵਾਲਾ, ਨਹੀਂ ਜੀ, ਕਦੇ ਸੋਚਿਆ ਵੀ ਨਹੀਂ, ਕਿਸੇ ਨੇ ਕਿਤੇ ਲਾਇਆ? ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕੁੱਤਿਆਂ ਦੀ ਲੜਾਈ ਦੇ ਵਿੱਚ ਜੂਆ ਹੁੰਦਾ ਹੀ ਨਹੀਂ। ਹਾਂਜੀ, ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕਿਹਦਾ ਕੁੱਤਾ ਅਤੇ ਕੀ ਕੁੱਤਾ, ਅਤੇ ਇਤਮਾਦ ਨਾਲ ਕੋਈ ਬੰਦਾ ਜੂਆ ਨਹੀਂ ਲਾ ਸਕਦਾ ਹੈ। ਬਿਲਕੁਲ ਸਹੀ, ਅਤੇ ਨਾਲੇ ਕੁੱਤਿਆਂ ਕੋਲ ਪੈਸੇ ਹੁੰਦੇ ਹੀ ਨੇਗੇ ਲੜਾਉਣ ਲੱਗਿਆ। ਹਾਂ, ਇਹ ਵੀ ਗੱਲ ਹੈ, ਕੁੱਤੇ ਪਹਿਲਾਂ ਪਹਿਲਾਂ ਮੁਕਾ ਦਿੰਦੇ ਆ। ਬਿਲਕੁਲ ਸਹੀ ਗੱਲ ਕੀਤੀ, ਹਾਂ, ਕੁੱਤੇ ਸਹੀ ਗੱਲ। ਅੱਛਾ ਸਰ, ਤੁਹਾਡੇ ਪਸੰਦੀਦਾ ਸ਼ਿਕਾਰੀਆਂ 'ਚੋਂ ਕਿਹੜੇ ਕਿਹੜੇ ਸ਼ਿਕਾਰੀ ਨੇ ਜਿਹੜੇ ਤੁਹਾਨੂੰ ਬਹੁਤ ਪਸੰਦ ਸੀ ਸ਼ਿਕਾਰੀ? ਸਾਰਾ ਪਾਕਿਸਤਾਨ ਹੀ ਸ਼ੌਕੀਨਾਂ ਦਾ ਜੀ, ਸ਼ਿਕਾਰੀਆਂ ਦਾ, ਜਿਹਨੂੰ ਅਸੀਂ ਮਾੜਾ ਕਹਿ ਦਈਏ ਸਾਡੇ ਖਿਲਾਫ਼ ਹੋ ਜਾਏਗਾ। ਗੱਲ ਇਹ ਵੀ ਸਹੀ ਹੈ, ਨਹੀਂ, ਜਿਹਨਾਂ ਨਾਲ ਤੁਹਾਨੂੰ ਸ਼ੌਕ ਕਰਨ ਦਾ ਮਜ਼ਾ ਆਇਆ ਹੋਵੇ। ਨਹੀਂ, ਹੁਣ ਤਾਂ ਸਾਨੂੰ ਆਪਦੇ ਗਰੁੱਪ ਨਾਲ ਹੀ ਮਜ਼ਾ ਆਉਂਦਾ। ਨਹੀਂ, ਆਪਣੇ ਗਰੁੱਪ ਦੇ ਬੰਦੇ ਜਿਹੜੇ ਮਿਸਾਲ ਦੇ ਤੌਰ 'ਤੇ ਜਿਵੇਂ ਮਲਿਕ ਸਾਹਿਬ ਨੇ, ਨਹੀਂ, ਮਲਿਕ ਸਾਹਿਬ ਤਾਂ ਅਜ਼ੀਮ ਆਦਮੀ ਆ ਨਾ, ਮਲਿਕ ਵਾਸਤੇ, ਹਾਂਜੀ, ਬਹੁਤ ਅੱਛੇ ਬੰਦੇ ਆ, ਅਸੀਂ ਉਹਨਾਂ ਦੀ ਸ਼ਰਾਫਤ ਉਹਨਾਂ ਨਾਲ ਜਾ ਕੇ ਰਹਿੰਦੇ। ਮਾਸ਼ਾਅੱਲਾ ਮਾਸ਼ਾਅੱਲਾ, ਜਿਹਲੇ ਅਸੀਂ ਗਰੁੱਪ ਛੱਡਿਆ ਨਾ ਖਾਨ ਸਾਹਿਬ ਵਾਲਾ, ਹਾਂਜੀ, ਸਾਡੇ ਮਗਰ 1500 ਬੰਦਾ ਸੀ, ਲੇਕਿਨ ਅਸੀਂ ਪਸੰਦ ਉਹਨਾਂ ਨੇ ਕੀਤਾ। ਯਾਨੀ ਕਿ ਤੁਸੀਂ ਪਹਿਲੇ, ਤੁਹਾਡਾ ਗਰੁੱਪ ਸੀ ਖਾਨ ਖਯੂਮ ਖਾਨ ਸਾਹਿਬ? ਪਹਿਲਾਂ ਸਾਡਾ ਗਰੁੱਪ ਸੀਗਾ ਰਾਏ ਜ਼ਿਆਉਲਾ, ਰਾਜਾ ਜਵੇਦ, ਹਾਂਜੀ, ਅਤੇ ਮੰਮਾ ਬਲੋਚ, ਇਹ ਅਸੀਂ ਹੁੰਦੇ ਸੀ, ਡਾਟ ਖਾਲਦੀ ਨਹੀਂ ਦੂਸਰਾ ਗਰੁੱਪ ਹੁੰਦਾ ਸੀ। ਹਾਂਜੀ, ਸਾਡੇ ਹਮੇਸ਼ਾ ਆਪਸ ਵਿੱਚ ਮੈਚ ਹੁੰਦੇ ਸੀ। ਹਲਾਕੂ ਕਿੰਨੇ ਭਰਾ ਸੀ ਤੁਹਾਡਾ ਕੁੱਤਾ ਜਿਹੜਾ ਹੈ? ਸਾਰੇ ਦੇ ਸਾਰੇ ਹੀ? ਨਹੀਂ, ਦੋ ਮਰ ਗਏ ਸੀ। ਅੱਛਾ, ਇੱਕ ਦਿੱਤਾ ਸੀ 720 ਦੇ ਵਿੱਚ, ਇੱਕ ਦਿੱਤਾ ਸੀ ਮਾਮੂਗਾਂ ਨਾਲ, ਦੋਏ ਮਰ ਗਏ ਸੀਗੇ, ਇਹ 3 ਰਹਿ ਗਏ ਸੀਗੇ। ਅੱਛਾ, ਉਹਨਾਂ ਕੁੱਤਿਆਂ 'ਚ ਸਿਰਫ ਤੁਹਾਡੇ ਕੋਲ ਨਸਲ ਬੱਚੀ ਆ? ਹਾਂਜੀ, ਅਕਸਰ ਤਾਂ ਉਹ ਮਿਲਦੀ ਨਹੀਂ ਨਾ ਪਈ, ਕਿਉਂਕਿ ਮੈਂ ਪਿਛਲੇ ਦਿਨਾਂ 'ਚ ਇਤਮਨਾਨ ਹੁਸੈਨ ਸਾਹਿਬ ਦਾ ਕੀਤਾ ਸੀ ਇੰਟਰਵਿਊ। ਨਹੀਂ, ਉਹਨਾਂ ਦੇ 6 ਮਹੀਨੇ ਦੇ ਵਿੱਚ ਨਾ, ਮੇਰਾ ਭਰਾ ਹੈ ਜ਼ਿਆਉਲਾ ਛੋਟਾ, ਹਾਂਜੀ, ਅਤੇ ਉਹਨਾਂ ਨਸਲ ਖਰਾਬ ਕਰ ਲਈ ਆਪਦੀ ਆਪ। ਜਿਹੜਾ ਬੰਦਾ 6 ਮਹੀਨੇ ਦੇ ਵਿੱਚ ਕੋਸ਼ਿਸ਼ ਨਾ ਕਰਦਾ ਹੈਗਾ, ਉਹ ਫਿਰ ਪਿੱਛੇ ਹੀ ਰਹਿ ਜਾਂਦਾ। ਬਹੁਤ ਅੱਛੇ ਇਨਸਾਨ ਨੇ ਜਨਾਬ, ਮੁਲਾਕਾਤ ਸਾਡੀ ਹੋਈ, ਬੜਾ ਮਜ਼ਾ ਆਇਆ ਉਹਨਾਂ ਨਾਲ। ਅਤੇ ਰਾਏ ਸਾਹਿਬ ਬਹੁਤ ਅਜ਼ੀਮ ਬੰਦੇ ਆ ਜੀ, ਹਾਂਜੀ, ਵੈਸੀ ਦੋਸਤ ਇੰਨੇ ਅੱਛੇ ਬੰਦੇ ਕੋਈ ਵੀ ਨਹੀਂ ਹੈਗਾ, ਸਾਡੇ ਗਰੁੱਪ 'ਚ ਵੀ ਇੰਨਾ ਚੰਗਾ ਬੰਦਾ ਕੋਈ ਨਹੀਂ ਹੈਗਾ, ਜਿੰਨੇ ਅਜ਼ੀਮ ਆਦਮੀ ਉਹ।
ਬੇਸ਼ੱਕ ਜਨਾਬ ਸਾਲਸਾਂ ਦੇ ਵਿੱਚੋਂ ਤੁਹਾਨੂੰ ਕੋਈ ਪਸੰਦੀਦਾ ਸਾਲਸ ਰਾਏ ਜ਼ਿਆਉਲਾ ਖਾਨ ਜੀ ਰਾਜਾ ਜਵੇਦ ਜੀ ਮਾਸ਼ਾਅੱਲਾ ਸਾਡੇ ਰਾਣਾ ਸ਼ਕੀਲ ਸਾਹਿਬ ਜੀ ਮਾਸ਼ਾਅੱਲਾ ਪੱਪੂ ਸਾਹਿਬ ਜੀ ਮਾਸ਼ਾਅੱਲਾ ਹਾਂਜੀ ਹਾਜੀ ਸ਼ੇਰ ਜ਼ਮਾਨ ਅੱਛਾ ਸਾਲਸ ਹੈ ਮਾਸ਼ਾਅੱਲਾ ਹਾਂਜੀ ਕੀ ਸੂਬੇਦਾਰ ਮਮਦਲੀ ਚੰਗਾ ਸਾਲਸ ਹੁੰਦਾ ਸੀ ਮਰ ਗਿਆ ਅੱਲਾ ਜਨਨ ਸੀਵ ਕਰੇ ਮਾਸ਼ਾਅੱਲਾ ਬਹੁਤ ਅੱਛਾ ਸਾਲਸ ਸੀ ਮੇਰੇ ਸੱਜਣੋ ਮਿੱਤਰੋ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਸ਼ਿਕਾਰੀ ਜੀ ਜਨਾਬ ਆਏ ਹੋਏ ਨੇ ਜਨਾਬ ਨਾ ਮੁਬਾਰਕ ਮਹਿਰ ਮੁਹੰਮਦ ਇਕਬਾਲ ਮਹਿਰ ਮੁਹੰਮਦ ਇਕਬਾਲ ਸਾਹਿਬ ਜਨਾਬ ਮੁਹਤਰਮ ਚੌਧਰੀ ਆਸ਼ਿਕ ਜੀ ਚੌਧਰੀ ਆਸ਼ਿਕ ਸਾਹਿਬ ਮਲਕ ਸਿਕੰਦਰ ਹਯਾਤ ਵਾਈਸ ਚੇਅਰਮੈਨ ਵਾਈਸ ਪ੍ਰੈਜ਼ੀਡੈਂਟ ਨਾਇਬ ਸਦਰ ਪਾਕ ਇਤਿਹਾਦ ਗਰੁੱਪ ਪਾਕ ਇਤਫਾਕ ਗਰੁੱਪ ਸੋਰੀ ਜਨਾਬ ਤੁਹਾਡਾ ਨਾਮ ਮੁਬਾਰਕ ਜਨਾਬ ਜ਼ੁਏਬ ਅਮੀਨ ਚਿਸ਼ਤੀ ਸਾਹਿਬ ਪਾਕਿਸਤਾਨ ਦੇ ਬੜੇ ਨੌਜਵਾਨ ਸ਼ਿਕਾਰੀ ਨੇ ਅਤੇ ਰਾਣਾ ਸ਼ਕੀਲ ਸਾਹਿਬ ਜਨਾਬ ਬਹੁਤ ਅੱਛੇ ਸ਼ਿਕਾਰੀ ਵੀ ਨੇ ਸਾਲਸ ਵੀ ਨੇ ਅਤੇ ਜਨਾਬ ਸਿਲੈਕਟਰ ਵੀ ਹੈ ਸਰਦਾਰ ਤਹਿਮੂਰ ਡੋਗਰ ਸਾਹਿਬ ਜਨਾਬ ਮਾਸ਼ਾਅੱਲਾ ਸਿੱਧੇ ਹੋ ਗਏ ਬੈਠੋ ਅਤੇ ਜਨਾਬ ਮਸਤੂ ਦੇ ਓਨਰ ਅਤੇ ਇਨਸ਼ਾਅੱਲਾ ਅਸੀਂ ਅਨ ਕਰੀਬ ਇੱਕ ਦੋ ਦਿਨਾਂ ਦੇ ਵਿੱਚ ਮਸਤੂ ਦੀ ਵੀਡੀਓ ਬਣਾਵਾਂਗੇ ਅਤੇ ਤਹਿਮੂਰ ਸਾਹਿਬ ਦਾ ਵੀ ਇੰਟਰਵਿਊ ਅਤੇ ਮਸਤੂ ਦੇ ਟ੍ਰੇਨਰ ਜਨਾਬ ਖੁਰਮ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਬਾਤ ਹੈ ਜੀ ਅਤੇ ਮਿਠਾਈ ਲੈ ਕੇ ਆਏ ਨੇ ਰਾਣਾ ਸਾਹਿਬ ਜਨਾਬ ਅਤੇ ਮਲਿਕ ਸਾਹਿਬ ਅਤੇ ਬਾਬੇ ਹੋਰਾਂ ਵਾਸਤੇ ਜਨਾਬ ਚਾਚਾ ਕਿਉਂਕਿ ਚੌਧਰੀ ਇਸਮਾਈਲ ਸਾਹਿਬ ਵਾਸਤੇ ਜਨਾਬ ਇਹ ਮਿਠਿਆਈ ਆਈ ਪਈ ਹੈ ਕਿ ਆ ਬਾਤ ਅਤੇ ਭਾਈ ਇਕਬਾਲ ਸਾਹਿਬ ਅਸੀਂ ਸਰ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਜਨਾਬ ਤੁਹਾਡੇ ਦੋਵਾਂ ਨੂੰ ਕਿ ਤੁਹਾਡੇ ਕੁੱਤੇ ਜਿੱਤੇ ਨੇ ਮਾਸ਼ਾਅੱਲਾ ਜੀ ਅਤੇ ਮਾਸ਼ਾਅੱਲਾ ਤੁਸੀਂ ਕੀ ਪੈਗਾਮ ਦਿਓਗੇ ਨਵੇਂ ਸ਼ਿਕਾਰੀਆਂ ਨੂੰ ਕਿ ਜਿੱਤ ਕੇ ਵੀ ਨਰਮੀ ਦਾ ਹਾਂਜੀ ਬਿਲਕੁਲ ਮੇਰੇ ਸੱਜਣੋ ਮਿੱਤਰੋ ਬੜੇ ਪਾਕਿਸਤਾਨ ਦੇ ਸ਼ਾਨਦਾਰ ਸ਼ਿਕਾਰੀ ਨੇ ਮਾਸ਼ਾਅੱਲਾ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਇਹਨਾਂ ਦੀ ਉਮਰ ਦਰਾਜ਼ ਫਰਮਾਏ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਬਿਊਟੀਫੁੱਲ ਸ਼ਾਨਦਾਰ ਡੋਗ ਅਤੇ ਚੌਧਰੀ ਇਸਮਾਈਲ ਸਾਹਿਬ ਦਾ ਸ਼ੌਕ ਸ਼ਿਕਾਰ ਸਾਡੇ ਨਾਲ ਰਹਿਣਾ ਅੱਛਾ ਸਰ ਮੇਰੇ ਸੱਜਣੋ ਮਿੱਤਰੋ ਆ ਗਿਆ ਜੇ ਪਾਕਿਸਤਾਨ ਦਾ ਟਾਪ ਕਲਾਸ ਡੋਗ ਹੀਰਾ ਜਿਹੜਾ ਕਿ ਜਨਾਬ ਦੋ ਮੈਚ ਵਿਨਰ ਅਤੇ ਐਤਕੀ ਜਨਾਬ ਕਿਸ ਕੁੱਤੇ ਨਾਲ ਲੜਿਆ ਸੀ ਜਨਾਬ ਚੌੜੂ ਨਾਲ ਚੌੜੂ ਨਾਲ ਕਿਆ ਬਾਤ ਬਿਊਟੀਫੁੱਲ ਸ਼ਾਨਦਾਰ ਡੋਗ ਹੀਰਾ ਅਤੇ ਕਿਆ ਬਾਤ ਪਾਕਿਸਤਾਨ ਦੇ ਮਾਈ ਨਾਲ ਸ਼ਿਕਾਰੀ ਵੀ ਆਏ ਨੇ ਜਨਾਬ ਵੇਖਣ ਵਾਸਤੇ ਜਨਾਬ ਹੀਰੇ ਨੂੰ ਸਰਦਾਰ ਤੈਮੂਰ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਬਾਤ ਕਿਆ ਬਾਤ ਬਿਊਟੀਫੁੱਲ ਸ਼ਾਨਦਾਰ ਚੌਧਰੀ ਸਾਹਿਬ ਦੀ ਉਮਰ ਕਿੰਨੀ ਹੋ ਗਈ ਪੌਣੇ ਤਿੰਨ ਸਾਲ ਪੌਣੇ ਤਿੰਨ ਸਾਲ ਹਾਂਜੀ ਮਾਸ਼ਾਅੱਲਾ ਪੌਣੇ ਤਿੰਨ ਸਾਲ ਉਮਰ ਹੋ ਗਈ ਦੋ ਸਾਲ ਦਾ ਸੀ ਲੜਾਇਆ ਜੀ ਕੰਗਣਪੁਰ ਅੱਛਾ ਦੋ ਸਾਲ ਦਾ ਸੀ ਜਿਹੜਾ ਪਹਿਲਾ ਮੈਚ ਲੜਿਆ ਕਿਆ ਬਾਤ ਮੇਰੇ ਸੱਜਣੋ ਮਿੱਤਰੋ ਬਿਲਕੁਲ ਪਿਓਰ ਸ਼ਾਨਦਾਰ ਪਿਓਰ ਬੁੱਲੀ ਜਿਹਨੂੰ ਕਹਿੰਦੇ ਨੇ ਕੋਈ ਮਿਲਾਵਟ ਨਹੀਂ ਇਹਨਾਂ ਕੁੱਤਿਆਂ ਦੇ ਵਿੱਚ ਹੀਰਾ ਕਿਆ ਬਾਤ ਕਿਆ ਬਾਤ ਬਿਊਟੀਫੁੱਲ ਸ਼ਾਨਦਾਰ ਡੋਗ ਹੀਰਾ ਖਤਰਨਾਕ ਅੱਖਾਂ ਜਨਾਬ ਨਹੀਂ ਜਾ ਲੈਣ ਦੇ ਪਿਸ਼ਾਬ ਕਰ ਲੈਣ ਦੇ ਕੁਛ ਨਹੀਂ ਹੁੰਦਾ ਨਾਲ ਸੁੰਘ ਲੈਣ ਦਿਓ ਕਿਆ ਬਾਤ ਪੱਕਾ ਹੀ ਹੱਥ ਆ ਨਾ ਪੱਕਾ ਪੜਿਆ ਤੇ ਘਬਰਾਓ ਨਾ ਅੱਛਾ ਪੱਕਾ ਹੀ ਪੜਿਆ ਕਿਆ ਬਾਤ ਐਂ ਐਂ ਥੋੜ੍ਹੇ ਤੋਰੋ ਦੱਸੀ ਅੱਛਾ ਗੁੱਸਾ ਭੁੱਲੇ ਬਿਊਟੀਫੁੱਲ
ਹਾਂ ਜੀ ਨਹੀਂ ਸੀ ਸਿਰਫ ਸੀਨਾ ਹੀ ਵਿਖਾ ਰਿਹਾ ਕਿਆ ਬਾਤ ਕਿਆ ਬਾਤ ਬਿਊਟੀਫੁਲ ਮੇਰੇ ਸੱਜਣੋ ਮਿੱਤਰੋ ਬੇਲੀਓ ਜਨਾਬ ਬਿਊਟੀਫੁਲ ਸ਼ਾਨਦਾਰ ਡੌਗ ਬਿੱਛੂ ਚੌਧਰੀ ਇਸਮਾਇਲ ਸਾਹਿਬ ਦਾ ਸ਼ਾਨਦਾਰ ਡੌਗ ਬਿੱਛੂ ਕਿਆ ਬਾਤ ਹੈ ਕਿਆ ਬਾਤ ਹੈ ਜੀ ਹਾਜੀ ਚਾਚਾ ਇਸਮਾਇਲ ਆਪ ਰਜਾਨਾ ਬਿੱਛੂ ਕਿਆ ਬਿਊਟੀਫੁਲ ਸ਼ਾਨਦਾਰ ਡੌਗ ਬਿੱਛੂ ਚੌਰ ਸਾਹਿਬ ਇਹਦੀ ਉਮਰ ਕਿੰਨੀ ਹੋ ਗਈ ਸਕੇ ਭਰਾ ਨੇ ਹੀਰਾ ਤੇ ਬਿੱਛੂ ਕਿਆ ਬਾਤ ਹੈ ਚੌਥਾ ਪਾਕੋ ਕਿਆ ਚੌਥਾ ਪਾਕੋ ਤੇ ਕਮਾਂਡੋ ਜਿਹੜੇ ਮੈਚ ਲੜੇ ਆ ਜੀ ਅੱਛਾ ਪਾਕੋ ਤੇ ਕਮਾਂਡੋ ਵਿੱਚ ਯਾਨੀ ਚਾਰ ਭਰਾ ਨੇ ਤੇ ਚਾਰੇ ਹੀ ਮੈਚ ਲੜ ਰਹੇ ਨੇ ਮਾਸ਼ਾਅੱਲਾ ਇਹ ਵੀ ਮੈਚ ਵਿਨਰ ਹੈ ਜੀ ਥੋੜਾ ਬਿਮਾਰ ਹੋ ਗਿਆ ਸੀ ਤਾਂ ਨਹੀਂ ਲੜ ਸਕਿਆ ਇੱਕ ਮੈਚ ਵਿਨਰ ਹੈਗਾ ਇੱਕ ਮੈਚ ਵਿਨਰ ਹੈ ਜੀ ਮਾਸ਼ਾਅੱਲਾ ਇਹ ਲੜ ਗਏ ਨੇ ਜੀ ਮਾਸ਼ਾਅੱਲਾ ਇਹ ਕਿਆ ਬਾਤ ਹੈ ਬਿਊਟੀਫੁਲ ਸ਼ਾਨਦਾਰ ਬਿੱਛੂ ਬਿੱਛੂ ਹੱਥ ਪੂਰਾ ਰੱਖੀ ਇਹ ਕੱਦ ਤਕਰੀਬਨ ਕਿੰਨਾ ਜਨਾਬ ਇਹਦਾ ਇਹਦਾ 32 ਜੀ 32 ਇੰਚ ਕੱਦ ਤੇ ਗੁੱਸੇ ਵਾਲਾ ਵੀ ਹੈ ਜਨਾਬ ਕਿਆ ਬਾਤ ਇੱਕ ਨਾਲ ਕੰਮ ਹੋ ਜਾਣਾ ਚੱਕ ਫਿਰ ਪਟਣਾ ਵੀ ਨਹੀਂ ਹੋਣਾ ਲੇਕਿਨ ਅੱਲਾ ਕਰਮ ਕਰੇਗਾ ਜਿਹਨੇ ਮਾਲਕ ਨੇ ਇਸ ਕੰਮ ਤੇ ਲਾਇਆ ਉਹੀ ਹਿਫਾਜ਼ਤ ਕਰਨ ਵਾਲਾ ਬਿਊਟੀਫੁਲ ਸ਼ਾਨਦਾਰ ਡੌਗ ਬਿੱਛੂ ਜੀ ਲਾਇਆ ਕਰਦੇ ਅੰਦਰ ਕਰਦੇ ਹਲਾਕੂ ਆ ਰਿਹਾ ਜੀ ਹੁਣ ਹੀਰੇ ਦਾ ਸਾਹਿਬਜ਼ਾਦਾ ਹਲਾਕੂ ਮੇਰੇ ਸੱਜਣੋ ਮਿੱਤਰੋ ਇਹ ਤਾਂ ਨਹੀਂ ਵੜਦਾ ਹਲਾਕੂ ਆ ਰਿਹਾ ਜੀ ਜਨਾਬ ਥੈਂਕ ਯੂ ਮੇਰੀ ਜਾਨ ਬਸ ਮੈਂ ਸਨ ਆਫ ਹੀਰਾ ਸੰਭਾਲ ਕੇ ਰੱਖ ਲੈ ਕਿਆ ਬਾਤ ਹੈ ਬਿਊਟੀਫੁਲ ਸ਼ਾਨਦਾਰ ਡੌਗ ਹਲਾਕੂ ਬਿਊਟੀਫੁਲ ਬਿਗ ਹੈਡ ਕਿਆ ਬਾਤ ਹੈ ਜੀ ਸਨ ਆਫ ਹੀਰਾ ਕਿਆ ਬਾਤ ਬਿਊਟੀਫੁਲ ਹਲਾਕੂ ਕਿਆ ਬਾਤ ਹੈ ਹਲਾਕੂ ਨੂੰ ਤਾਂ ਬੜਾ ਸ਼ੌਕ ਹੈਗਾ ਭਾਈ ਕਿਆ ਬਾਤ ਬਿਊਟੀਫੁਲ ਡੌਗ ਹਲਾਕੂ ਅੱਛਾ ਉਮਰ ਕਿੰਨੀ ਹੋ ਗਈ ਜਨਾਬ ਅੱਛਾ ਸਾਲ ਦੇ ਨੇੜੇ ਨੇੜੇ ਹੋ ਗਿਆ ਕਿਆ ਬਾਤ ਹੈ ਇੱਕ ਸਾਲ ਉਮਰ ਅਤੇ 32 ਇੰਚ ਕੱਦ ਹੋ ਗਿਆ ਜੀ 32 ਇੰਚ ਕੱਦ ਪਿਓਰ ਬੋਲੀ ਜਨਾਬ ਤੁਹਾਨੂੰ ਇਹਦਾ ਬੋਡੀ ਸਟਰਕਚਰ ਮੈਂ ਦਿਖਾ ਦੂੰ ਹਾਂਜੀ ਅੱਛਾ ਕਿਆ ਬਾਤ ਹੈ ਮੇਰੇ ਸੱਜਣੋ ਮਿੱਤਰੋ ਚੈੱਕ ਕਰ ਰਿਹਾ ਜੀ ਜਿੱਧਰ ਮੈਂ ਘੁੰਮਣਾ ਉਹਨੂੰ ਸ਼ੌਕ ਹੈਗਾ ਵੀਡੀਓ ਬਣਾਉਣ ਦਾ ਹੈ ਕਿਆ ਬਾਤ ਹੈ ਹਾਂਜੀ
ब्यूटीफुल शानदार डॉग जनाब, क्या बात। हलाको क्या बात जी, क्या बात है। जनाब चौधरी इस्माइल साहब द ब्यूटीफुल शानदार आ रहा है जो रैम्बो, तुहानू पिंजरे भी दिखाने हैं जनाब चौधरी साहब दे। क्या बात है, रैम्बो ब्यूटीफुल डॉग रैम्बो। ए जी के केदा बच्चा? केटू दा जी, ओसे केटू दा जी, केटू दा बच्चा। केटू भला केड़ा मोसन? बिल्कुल सही, सन ऑफ केटू जनाब, जरा मोसन गुजर को खलोता। शक्लो शबाज भी उस तरह ही है, वेख लो रंग भी उवें ही। ब्यूटीफुल डॉग, क्या बात है जी, क्या अच्छा मोहसन साहब ने तुसी कुत्ता दिता सी? केटू मेरे वालों गया, अच्छा 8 महीने दा होया है बच्चा, मैं दिता है इनू, अच्छा प्यार करके दिता है। अच्छा आज मोहसन साहब नु नहीं पता केने दिता उनू, मैं उन दसदा पे मैं ही दिता सी। क्या बात, तेरे कोल कोई नहीं, फिर साडे कोल फिर केटू बनया खड़ा। हां जी बिल्कुल बनया खड़ता, क्या बात, ब्यूटीफुल शानदार, क्या बात है जी, क्या बात है। मेरे सजनों में तो बहुत ही प्यारा हेड है, अखा बहुत खतरनाक खेड़दा वे। अच्छा उम्र कितनी होगी जनाब चौधरी साहब? इसकी उम्र 9 महीने उम्र, क्या बात है जी, 9 महीने उम्र। बहुत स्पीटल होएगा जी, देखो तोड़ चढ़ गए, बड़ी गल। मेरे सजनो मित्रो तुहानू चौधरी साहब का शौक शिकार दिखाने, मजीद साडे नाल रहना। मेरे सज्जनों मित्रों जनाब पिंजरे ने जनाब चाचा इस्माइल मशहूर मरूफ, क्या बात, ब्यूटीफुल मादियां ने सारियां, क्या बात है जनाब, सारियां मादियां पाकिस्तान के बहुत बड़े ब्रीडर ने जनाब। अच्छा हीरे उन्हां दी मां है, भैन है उन्हां दी, हीरे दी भैन है। काली बाल कटिंग, खूबसूरत खुदी माशाल्लाह। क्या बात है, मेरे सजनों मित्रों जनाब राणा शकील साहब, जवेब चिश्ती साहब, यह भी पिंजरे पैन है जनाब, ते साढ़े सारे मेहमान, साढ़े दो शिकारी सारे आए हुए हैं गड्डिया तो जनाब, वेखो मैं वेखो जनाब, क्या बात है। आ गया जे ब्रूसली ब्यूटीफुल शानदार डॉग ब्रूसली, क्या बात है, क्या बात है। बारूसली बड़ा सोहना रंग जनाब, अनोखा रंग, ब्यूटीफुल शानदार डॉग ब्रूसली, क्या बात जी, क्या बात है। इतने इतने रुको, क्या बात है जी, ए
ਚੌਜ ਸਾਹਿਬ ਦੀ ਉਮਰ ਕਿੰਨੀ ਹੋ ਗਈ ਬਰੂਸਲੀ ਦੀ ਅੱਛਾ ਉਹਨਾਂ ਦਾ ਭਰਾ ਹੈਗਾ ਕਿਆ ਬਾਤ ਹੈ ਇਹਦਾ ਕੱਦ ਮੇਰਾ ਖਿਆਲ 33 ਇੰਚ 34 ਇੰਚ 34 ਇੰਚ ਕੱਦ ਕਿਆ ਬਾਤ ਹੈ ਜੀ ਹਾਂਜੀ ਅੱਛਾ ਕਿਆ ਬਾਤ ਹੈ ਬਿਊਟੀਫੁਲ ਸ਼ਾਨਦਾਰ ਰਾਜਾ ਨਸੀਮੁੱਲਾ ਕਿਆਨੀ ਜੀ ਮਾਸ਼ਾਅੱਲਾ ਰਾਜਾ ਨਸੀਮੁੱਲਾ ਕਿਆਨੀ ਸਾਹਿਬ ਕਿਆ ਬਾਤ ਹੈ ਪਾਕਿਸਤਾਨ ਦੇ ਬਹੁਤ ਵੱਡੇ ਸ਼ਿਕਾਰੀ ਨੇ ਜਨਾਬ ਉਰਫ ਰਾਜਾ ਬਿੱਲੂ ਮਾਸ਼ਾਅੱਲਾ ਬੜਾ ਨਾਂ ਸੁਣਿਆ ਜਨਾਬ ਤੁਹਾਡਾ ਖੁਸ਼ ਆਮਦੀ ਤੁਹਾਨੂੰ ਬਿਊਟੀਫੁਲ ਡੌਗ ਬਰੂਸਲੀ 34 ਇੰਚ ਕੱਦ ਡਬਲ ਬਾਡੀ ਬਲਕਿ ਟ੍ਰਬਲ ਬਾਡੀ ਦੇ ਵਿੱਚ ਜਨਾਬ ਅਤੇ ਬੜਾ ਹੀ ਸ਼ਾਨਦਾਰ ਸੀਨ ਹੈ ਪਾਕਿਸਤਾਨ ਦੇ ਮਾਇਨਾ ਸ਼ਿਕਾਰੀ ਵੀ ਪਿੱਛੇ ਤੁਹਾਡੇ ਖਲੋਤੇ ਨੇ ਆ ਵੇਖੋ ਅਤੇ ਜਨਾਬ ਪਾਕ ਇਤਫਾਕ ਗਰੁੱਪ ਦੇ ਸ਼ਿਕਾਰੀਆਂ ਦਾ ਸ਼ੌਕ ਅਤੇ ਸ਼ਿਕਾਰ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਅਤੇ ਅਸੀਂ ਤੁਹਾਨੂੰ ਮਜ਼ੀਦ ਅਸੀਂ ਅੱਗੇ ਹੋਰ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਸਾਡੇ ਨਾਲ ਰਹਿਣਾ ਮੇਰੇ ਸੱਜਣੋ ਮਿੱਤਰੋ ਬੇਲੀਓ ਪਾਕ ਇਤਫਾਕ ਗਰੁੱਪ ਦੇ ਸ਼ਿਕਾਰੀ ਸਾਰੇ ਇਕੱਠੇ ਹੋਏ ਨੇ ਅਤੇ ਜਨਾਬ ਇਹਨਾਂ ਦਾ ਸ਼ੌਕ ਸ਼ਿਕਾਰ ਅਤੇ ਚਾਚਾ ਇਸਮਾਈਲ ਦਾ ਸ਼ੌਕ ਸ਼ਿਕਾਰ ਤੁਹਾਨੂੰ ਕਿਵੇਂ ਦੀ ਕਿਵੇਂ ਦਾ ਲੱਗਿਆ ਅਤੇ ਉਹਨਾਂ ਦੀ ਗੱਲਾਂ ਤੁਹਾਨੂੰ ਕਿਵੇਂ ਦੀ ਲੱਗੀਆਂ ਇਹਦੇ ਨਾਲ ਹੀ ਅਸੀਂ ਚਾਹਵਾਂਗੇ ਇਜਾਜ਼ਤ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਇਹਦੇ ਨਾਲ ਹੀ ਚਾਹਵਾਂਗੇ ਇਜਾਜ਼ਤ ਆਪਣਾ ਅਤੇ ਆਪਣੇ ਗਰੀਬ ਭਰਾਵਾਂ ਦਾ ਖਿਆਲ ਕਰਨਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਪਾਇੰਦਾਬਾਦ